ਲੜੀ ਬਦੋਬਦੀ ਮੌਕਾ ਮਿਲੇ ਜੀ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਜੀ ਨਾਜ਼ਰੀਨ, ਅੱਜ ਮੈਂ ਇੱਕ ਸੋਸ਼ਲ ਮੀਡੀਆ 'ਤੇ ਵੇਖ ਰਿਹਾ ਸੀ ਬੈਠਾ ਕਿ ਇੱਕ ਵੀਡੀਓ ਕਲਿੱਪ ਚਾਹਤ ਫਤਿਹ ਅਲੀ ਖਾਨ ਦਾ, ਜਿਹੜੇ ਬਹੁਤ ਬੜੇ ਗਲੂਕਾਰ ਨੇ, ਉਹ ਬੜਾ ਵਾਇਰਲ ਹੋ ਰਿਹਾ। ਉਹਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਪੁਰਾਣੀਆਂ ਯਾਦਾਂ ਦੇ ਮੁਤਾਲਕ ਬੜੀ ਇਨਕਸ਼ਾਫਾਤ ਕੀਤੇ ਨੇ। ਉਹ ਕੀ ਨੇ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਉਮੀਦ ਆ ਤੁਹਾਨੂੰ ਪਸੰਦ ਆਉਣਗੀਆਂ। ਲਓ ਜੀ, ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰ ਦੇਣਾ। ਗੁਲਕਾਰ ਚਾਹਤ ਫਤਿਹ ਅਲੀ ਖਾਨ ਜਿਹੜੇ ਨੇ, ਇਹ ਦੱਸਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਜਦੋਂ ਮੈਂ ਹਜੇ ਐਡਾ ਪਾਪੂਲਰ ਨਹੀਂ ਸੀ ਹੋਇਆ, ਮਸ਼ਹੂਰ ਨਹੀਂ ਸੀ ਹੋਇਆ, ਫੇਮਸ ਨਹੀਂ ਸੀ ਹੋਇਆ, ਉਸ ਵੇਲੇ ਮੈਂ 7 ਲੜਕੀਆਂ ਦੇ ਨਾਲ ਇਸ਼ਕ ਕੀਤਾ। ਲੇਕਿਨ ਉਹ 7 ਲੜਕੀਆਂ ਜਿਨ੍ਹਾਂ ਦੇ ਨਾਲ ਮੈਂ ਇਸ਼ਕ ਕੀਤਾ, ਉਹਨਾਂ 'ਚੋਂ ਇੱਕ ਲੜਕੀ ਵੀ ਮੇਰੇ ਨਾਲ ਸ਼ਾਦੀ ਕਰਨੇ 'ਤੇ ਰਜ਼ਾਮੰਦ ਨਹੀਂ ਸੀ, ਕਿਉਂਕਿ ਮੈਂ ਉਸ ਵੇਲੇ ਮਸ਼ਹੂਰ ਨਹੀਂ ਸੀ ਹੈਗਾ। ਅਤੇ ਉਹ ਦੱਸਦੇ ਨੇ, ਉਹਨਾਂ ਦੀ ਵੀਡੀਓ ਵਾਇਰਲ ਆ, ਇੱਕ ਸੋਸ਼ਲ ਮੀਡੀਆ 'ਤੇ ਚੱਲ ਰਹੀ ਆ, ਕਿ ਉਹਨਾਂ ਦਾ ਇੱਕ ਲਾਈਵ ਇੰਟਰਵਿਊ ਆ ਕਿ ਮੈਂ ਨਾ ਜਦੋਂ ਵੀ ਟਵਿੱਟਰ 'ਤੇ ਲਾਈਵ ਬਹਿਨਾ, ਅਤੇ ਉਸ ਵੇਲੇ ਉਹਨਾਂ 7 ਦੇ ਵਿੱਚੋਂ 3 ਲੜਕੀਆਂ ਜਿਹੜੀਆਂ ਫੌਰਨ ਪੈਡ 'ਤੇ ਆ ਕੇ ਲਾਈਵ ਮੇਰੇ ਨਾਲ ਬਹਿ ਜਾਂਦੀਆਂ ਅਤੇ ਮੇਰੇ ਨਾਲ ਚੈਟ ਕਰਦੀਆਂ, ਅਤੇ ਮੈਨੂੰ ਹਜੇ ਵੀ ਉਹ ਸ਼ਾਦੀ ਦੀ ਪ੍ਰਪੋਜ਼ਲ, ਸ਼ਾਦੀ ਦੀ ਤਜਵੀਜ਼ ਦਿੰਦੀਆਂ ਨੇ ਵੀ ਸਾਡੇ ਨਾਲ ਸ਼ਾਦੀ ਕਰ ਲਾ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਹੁਣ ਸ਼ਾਦੀ ਹੋ ਗਈ। ਉਹ ਵਕਤ ਸੀ ਜਦੋਂ ਮੇਰੇ ਦੇ ਵਿੱਚ ਮੁਹੱਬਤ ਦਾ ਜਜ਼ਬਾ ਸੀ, ਸ਼ਾਦੀ ਦਾ ਭੂਤ ਸਵਾਰ ਸੀ, ਉਹ ਵਕਤ ਦੀ ਗੱਲ ਆ। ਹੁਣ ਟਾਈਮ ਗੁਜ਼ਰ ਗਿਆ, ਹੁਣ ਮੈਂ ਤੁਹਾਡੇ ਨਾਲ ਕਿਵੇਂ ਸ਼ਾਦੀ ਕਰਾਂ? ਅਤੇ ਉਹ 7 ਦੇ ਵਿੱਚੋਂ 3 ਲੜਕੀਆਂ ਹਜੇ ਵੀ ਉਹ ਕਹਿੰਦੇ ਨੇ ਮੇਰੇ ਨਾਲ ਟੱਚ ਨੇ, ਅਤੇ ਮੈਨੂੰ ਕਹਿੰਦੀਆਂ ਨੇ ਸ਼ਾਦੀ ਕਰ ਲਾ। ਅਤੇ ਸ਼ਾਦੀ ਦੂਜੀ ਵੀ ਕਰ ਸਕਦਾ ਬੰਦਾ, ਲੇਕਿਨ ਇਸ ਗੱਲ ਦੇ ਉੱਤੇ ਚਾਹਤ ਫਤਿਹ ਅਲੀ ਖਾਨ ਕਹਿੰਦੇ ਨੇ ਮੇਰੇ ਅੰਦਰ ਉਹ ਜਜ਼ਬਾ ਨਹੀਂ ਰਿਹਾ, ਜੋਸ਼ ਨਹੀਂ ਰਿਹਾ ਮੁਹੱਬਤ ਵਾਲਾ ਕਿ ਮੈਂ ਦੁਬਾਰਾ ਸ਼ਾਦੀ ਕਰ ਸਕਾਂ। ਅਤੇ ਉਹ ਦੱਸਦੇ ਨੇ ਜਦੋਂ ਮੈਂ ਲਾਈਵ ਬਹਿੰਦਾ, 28 ਲੜਕੀਆਂ ਨੇ ਜਿਨ੍ਹਾਂ ਨੇ ਮੈਨੂੰ ਸ਼ਾਦੀ ਵਾਸਤੇ ਤਜਵੀਜ਼ ਦਿੱਤੀ ਕਿ ਤੁਸੀਂ ਸਾਡੇ ਨਾਲ ਸ਼ਾਦੀ ਕਰ ਲਓ, ਕਿ ਦੱਸਦੇ ਨੇ ਕਿ ਮੈਂ ਬੜਾ ਖੁਸ਼ ਹਾਂ ਕਿ ਹਜੇ ਵੀ ਮੈਂ ਲੜਕੀਆਂ ਦੇ ਵਿੱਚ ਇੱਕ ਪਸੰਦੀਦਾ ਸ਼ਖਸ ਹਾਂ ਜਿਹਨੂੰ 28 ਲੜਕੀਆਂ ਨੇ ਪਸੰਦ ਕੀਤਾ। ਅਤੇ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੌਰੀ ਕਿ ਹੁਣ ਮੇਰੇ ਅੰਦਰ ਮੁਹੱਬਤ, ਜੋਸ਼ ਔਰ ਜਵਾਨੀ ਵਾਲਾ ਜਜ਼ਬਾ ਨਹੀਂ ਰਿਹਾ, ਮੈਂ ਸ਼ਾਦੀ ਨਹੀਂ ਕਰ ਸਕਦਾ। ਤੁਹਾਨੂੰ ਪਤਾ ਲੜਕੀਆਂ, ਫਿਰ ਜਿਹੜਾ ਬੰਦਾ ਫੇਮਸ ਹੋ ਜਾਏ ਉਹ ਫਿਰ ਉਹਦੀ ਉਮਰ ਨਹੀਂ ਵੇਖਦੀਆਂ। ਅਤੇ ਜਿਸ ਤਰ੍ਹਾਂ ਤੁਸੀਂ ਵੇਖਿਆ ਹੋਣਾ ਇਮਰਾਨ ਖਾਨ ਸਾਹਿਬ, ਅਤੇ ਉਹਦੀ ਉਮਰ ਦੇਖ ਲਓ 60 ਸਾਲ ਤੋਂ ਵੀ ਉੱਤੇ ਆ, ਅਤੇ ਹਜੇ ਵੀ ਕਈ ਲੜਕੀਆਂ ਨੇ ਉਹਨੂੰ ਚਾਹਣੇ ਵਾਲੀਆਂ, ਉਹਦੇ ਨਾਲ ਹਜੇ ਵੀ ਸ਼ਾਦੀ ਕਰਾਉਣ ਨੂੰ ਕਈ ਲੜਕੀਆਂ ਤਿਆਰ ਹੋਣੀਆਂ। ਅਤੇ ਇਹ ਕੁਦਰਤੀ ਗੱਲ ਆ, ਮਾਲੋ ਦੌਲਤ ਪੈਸਾ ਜਦੋਂ ਬੰਦੇ ਕੋਲ ਹੋਵੇ ਨਾ, ਫਿਰ ਲੜਕੀਆਂ ਕੀ ਰਿਸ਼ਤੇਦਾਰ ਅਜ਼ੀਜ਼ ਉਹ ਕਰਮ ਸਾਰੇ ਹੀ ਆਪਣੇ ਆ, ਅਤੇ ਜਦੋਂ ਬੰਦੇ ਕੋਈ ਸ਼ੈ ਨਹੀਂ ਨਾ, ਕੋਈ ਵੀ ਨੇੜੇ ਨਹੀਂ ਲੱਗਦਾ। ਅਤੇ ਲੜਕੀਆਂ ਇਸ ਵੇਲੇ ਉਹ ਦੱਸਦੇ ਨੇ ਜਦੋਂ ਮੈਂ ਲਾਈਵ ਬਹਿੰਦਾ, 28 ਲੜਕੀਆਂ ਨੇ ਮੈਨੂੰ ਹਜੇ ਤੱਕ
ਪ੍ਰਪੋਜ਼ਲ ਦਿੱਤੀ ਆ, ਆਫਰ ਕੀਤੀ ਆ ਸ਼ਾਦੀ ਦੀ, ਲੇਕਿਨ ਮੈਂ ਉਹਨਾਂ ਨਾਲ ਸੌਰੀ ਕੀਤੀ ਔਰ ਮੈਂ ਕਿਹਾ ਹੁਣ ਸ਼ਾਦੀ ਨਹੀਂ ਕਰ ਸਕਦਾ। ਇਹ ਵਕਤ ਵਕਤ ਦੀ ਗੱਲ ਆ, ਜਦੋਂ ਬੰਦਾ ਜਵਾਨ ਹੋਵੇ ਤਾਂ ਫਿਰ ਉਹਦੇ ਅੰਦਰ ਉਹ ਜੋਸ਼ ਜਜ਼ਬਾ ਹੁੰਦਾ ਕਿ ਮੈਂ ਯਾਰ ਜਲਦੀ ਜਲਦੀ ਸ਼ਾਦੀ ਕਰਾ ਲਾਂ। ਉਹਨਾਂ ਨੇ ਕਿਹਾ ਜਦੋਂ ਮੇਰੇ ਅੰਦਰ ਜੋਸ਼ ਔਰ ਜਜ਼ਬਾ ਸੀ ਤਾਂ ਮੈਂ 7 ਲੜਕੀਆਂ ਨਾਲ ਇਸ਼ਕ ਕੀਤਾ, ਉਹਨਾਂ 7 ਲੜਕੀਆਂ ਨੇ ਉਸ ਵੇਲੇ ਮੈਨੂੰ ਲਿਫਟ ਨਹੀਂ ਕਰਾਈ ਔਰ ਮੈਂ ਸ਼ਾਦੀ ਨਹੀਂ ਕਰਵਾ ਸਕਿਆ। ਅਤੇ ਜਦੋਂ ਮੇਰੀ ਸ਼ਾਦੀ ਹੋ ਗਈ ਅਤੇ ਹੁਣ ਜਦੋਂ ਮੈਂ ਮਸ਼ਹੂਰ ਹੋ ਗਿਆ, ਪਾਪੂਲਰ ਹੋ ਗਿਆ, ਅਤੇ ਹੁਣ ਸਾਰੀਆਂ ਲੜਕੀਆਂ ਮੇਰੇ ਪਿੱਛੇ ਪਿੱਛੇ ਅਤੇ ਮੈਂ ਅੱਗੇ ਅੱਗੇ, ਅਤੇ ਉਹਨਾਂ 7 ਲੜਕੀਆਂ ਦੇ ਵਿੱਚੋਂ 3 ਲੜਕੀਆਂ ਦੀ ਫਿਰ ਮੈਨੂੰ ਆਫਰ ਆਈ ਆ ਕਿ ਸਾਡੇ ਨਾਲ ਸ਼ਾਦੀ ਕਰਾ ਲਾ। ਲੇਕਿਨ ਹੁਣ ਟਾਈਮ ਲੰਘ ਗਿਆ ਅਤੇ ਹੁਣ ਵਕਤ ਵਕਤ ਦੇ ਨਾਲ ਹੀ ਆ, ਅਤੇ ਹੁਣ ਜਦੋਂ ਬੰਦਾ ਬੁਢਾਪੇ ਦੇ ਵਿੱਚ ਜਾਂਦਾ ਫਿਰ ਤੁਹਾਨੂੰ ਪਤਾ ਫਿਰ ਉਹ ਜੋਸ਼ ਜਜ਼ਬਾ ਮੁਹੱਬਤ ਵਾਲਾ ਖਤਮ ਹੋ ਜਾਂਦਾ। ਅਤੇ ਲੇਕਿਨ ਮੁਹੱਬਤ ਵਾਲਾ ਜਜ਼ਬਾ ਤਾਂ ਰਹਿੰਦਾ, ਲੇਕਿਨ ਉਹ ਜਵਾਨੀ ਵਾਲੀ ਤਾਕਤ ਜਿਹੜੀ ਆ ਨਾ ਉਹ ਬੰਦੇ ਅੰਦਰ ਨਹੀਂ ਰਹਿੰਦੀ, ਫਿਰ ਬੁਢਾਪਾ ਬੁਢਾਪਾ ਹੀ ਹੁੰਦਾ। ਅਤੇ ਇਹ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀਡੀਓ ਉਹਦੀ ਵਾਇਰਲ ਹੋ ਰਹੀ ਆ, ਅਤੇ ਉਹ ਮੈਂ ਤੁਹਾਨੂੰ ਉਹਦੀ ਤਸਵੀਰ ਵੀ ਦਿਖਾਉਂਦਾ ਉਸ ਕਲਿੱਪ ਦੀ। ਅਤੇ ਉਮੀਦ ਹੈ ਇਹ ਤੁਹਾਨੂੰ ਸਟੋਰੀ ਪਸੰਦ ਆਈ ਹੋਏਗੀ। ਅਤੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਸ਼ਾਦੀ ਜਿਹੜੀ ਆ ਇਹ ਮੁਹੱਬਤ ਵਾਲੀ ਕਰਾਉਣੀ ਚਾਹੀਦੀ ਆ ਜਾਂ ਘਰ ਵਾਲਿਆਂ ਦੇ ਕਹਿਣ 'ਤੇ ਕਰਾਉਣੀ ਚਾਹੀਦੀ ਆ। ਕਿਹੜੀ ਸ਼ਾਦੀ ਜ਼ਿਆਦਾ ਕਾਮਯਾਬ ਰਹਿੰਦੀ ਆ, ਲਵ ਮੈਰਿਜ ਕਾਮਯਾਬ ਰਹਿੰਦੀ ਆ ਜਾਂ ਜਿਹੜੀ ਫੈਮਿਲੀ ਮੈਰਿਜ ਹੋਵੇ, ਫੈਮਿਲੀ ਨੇ ਅਰੇਂਜਮੈਂਟ ਕੀਤਾ ਹੋਵੇ, ਵਾਲਦਿਆਂ ਨੇ ਸ਼ਾਦੀ ਕੀਤੀ ਹੋਵੇ, ਉਹ ਕਾਮਯਾਬ ਆ? ਅਤੇ ਇਹ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਬਾਕੀ ਅੱਲਾਹ ਤਾਲਾ ਸਭ 'ਤੇ ਰਹਿਮਤਾਂ ਫਰਮਾਏ, ਜਿੰਨੇ ਵੀ ਕੁਆਰੇ ਆ, ਜਿਨ੍ਹਾਂ ਦੀਆਂ ਉਮਰਾਂ ਜ਼ਿਆਦਾ ਹੋ ਗਈਆਂ, ਬੱਚੀਆਂ ਨੇ ਜਾਂ ਬੱਚੇ ਨੇ, ਅੱਲਾਹ ਤਾਲਾ ਸਭ 'ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਦੀਆਂ ਸ਼ਾਦੀਆਂ ਵਕਤ ਦੇ ਨਾਲ ਕਰਨ ਦੀ ਤੌਫੀਕ ਤਾਂ ਫਰਮਾਏ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤਹੁ।